ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਕਿਸਾਨ ਸੜਕਾਂ ਦੇ ਉੱਪਰ ਨੇ ਦਿੱਲੀ ਦੇ ਬਾਹਰਾਂ ਦੇ ਉੱਪਰ 100 ਦਿਨ ਪੂਰਾ ਹੋ ਚੁੱਕਿਆ ਕਿਸਾਨਾਂ ਨੂੰ ਸੰਘਰਸ਼ ਕਰਦੇ ਆ ਪਰ ਕੇਂਦਰ ਸਰਕਾਰ ਆਪਣੇ ਅੜੀਲੇ ਰਵਈਏ ਦੇ ਉੱਪਰ ਅੜੀ ਹੋਈ ਆ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰੀਆ ਇਹ ਲਗਾਤਾਰ ਕਿਸਾਨ ਕਹਿੰਦੇ ਆ ਰਹੇ ਆ ਸਾਡੇ ਨਾਲ ਨੌਜਵਾਨ ਤੇ ਕਿਸਾਨ ਆਗੂ ਵੀ ਨੇ ਗੱਲ ਕਰ ਲਵਾਂਗੇ ਕੀ ਕਹੋਗੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਪਹਿਲਾਂ ਪੰਜਾਬ ਵਿੱਚ ਸੀ ਤੇ ਦਿੱਲੀ ਵੀ 100 ਦਿਨ ਪੂਰਾ ਹੋ ਚੁੱਕਿਆਗਾ ਸਰਕਾਰ ਮੰਨਨ ਨੂੰ ਤਿਆਰ ਨਹੀਂ ਹਾਂਜੀ ਪਹਿਲਾਂ ਅਸੀਂ ਪੰਜਾਬ ਚ ਤਰਨੇ ਲਾਏ ਪਰ ਸਰਕਾਰ ਸਾਡੀ ਇੱਕ ਨਹੀਂ ਸੁਣੀ ਫੇਰ ਸਾਨੂੰ ਹੁਣ ਦਿੱਲੀ ਹੋ ਗਿਆ ਪੂਰਾ 100 ਦਿਨ ਹੋ ਗਿਆ ਬੈਠਿਆਂ ਨੂੰ ਪਰ ਸਰਕਾਰ ਕੁਝ ਨਹੀਂ ਸੁਣ ਰਹੀ ਕਿ ਕਿਸਾਨ ਮਜ਼ਦੂਰਾਂ ਦਾ ਕੋਈ ਗੱਲ ਨਹੀਂ ਸੁਣ ਰਹੀ ਸਿਰਫ ਇੱਕ ਕਾਰਪੋਰੇਟ ਘਰਾਣਿਆਂ ਦੀ ਗੱਲ ਸੁਣ ਰਹੀ ਹੈ ਜਿਵੇਂ ਕਾਰਪੋਰੇਟ ਘਰਾਣਿਆਂ ਨੇ ਹੱਥ ਚੋਂ ਕੱਢ ਕੇ ਇਹਨਾਂ ਦੀ ਸਰਕਾਰ ਬਣਾਤੀ ਹੋਵੇ ਪਰ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਜਿੰਨਾ ਚਿਰ ਅਸੀਂ ਇਹ ਕਾਨੂੰਨ ਵਾਪਸ ਨਹੀਂ ਕਰਾਵਾਂਗੇ ਉਨਾਂ ਚਿਰ ਅਸੀਂ ਉਤਰਨੇ ਤੇ ਡੇਰੇ ਰਹਾਂਗੇ ਕੀ ਕਹੋਗੇ ਲਗਾਤਾਰ ਜਿਵੇਂ ਬੰਦਿਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਪਰ ਸਰਕਾਰ ਮੰਨਣ ਨੂੰ ਤਿਆਰ ਨਹੀਂ ਹੈਗੀ ਸਾਰਾ ਭਾਰਤ 100 ਦਿਨ ਤੋਂ ਉੱਪਰ ਹੋ ਗਿਆ ਦਿੱਲੀ ਬੈਠੇ ਨੂੰ ਮੋਦੀ ਸਰਕਾਰ ਹਜੇ ਤੱਕ ਉਹਨਾਂ ਦੀ ਗੱਲ ਨਹੀਂ ਸੁਣਨ ਨੂੰ ਤਿਆਰ ਹੋਈ ਘਰਾਣਿਆਂ ਦਾ ਪੱਖ ਪੂਰ ਰਹੀ ਹੈ ਪਰ ਗੱਲ ਉਹਦੇ ਵਾਸਤੇ ਮਾੜੀ ਹੈ ਅਸੀਂ ਕਾਨੂੰਨ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਚਾਹੇ ਸਾਡੀ ਹਾੜੀ ਵੀ ਆਉਂਦੀ ਹੈ ਮੂਰੇ ਹਾੜੀ ਦਾ ਵੀ ਇਸ ਇੰਤਜ਼ਾਮ ਕਰੀ ਜਾਂਦੇ ਆ ਟਾਲੀਆਂ ਟੱਪੇ ਸਾਰਾ ਕੁਝ ਕਰੀ ਜਾਂਦੇ ਆ ਪਾਜ ਨਾ ਚ ਅਸੀਂ ਕਾਲੇ ਕਾਨੂੰਨ ਵਾਪਸ ਨਹੀਂ ਕਰਾਉਂਦੇ ਉਨਾਂ ਚ ਅਸੀਂ ਵਾਪਸ ਨਹੀਂ ਮੁੜਦੇ ਸਾਰਾ ਭਾਰਤ ਉਥੇ ਦਿੱਲੀ ਦੇ ਵਿੱਚ ਬੈਠਾ ਮੋਦੀ ਘਰਾਣਿਆਂ ਦਾ ਪੱਖ ਪੂਰਿਆਗਾ ਕੀ ਲੱਗਦਾ ਹੈਗਾ ਰੱਦ ਕਰਵਾ ਲੂਗੇ ਕਾਨੂੰਨਾਂ ਨੂੰ ਇਸ ਤਰ੍ਹਾਂ ਅਸੀਂ ਜਮ੍ਹਾਂ ਰੱਦ ਕਰਾਏ ਬਿਨਾ ਉੱਠਦੇ ਨਹੀਂ ਮਰ ਕੇ ਤਾਂ ਬਿਸ਼ੱਕ ਉੱਥੋਂ ਆ ਜੇ ਨਹੀਂ ਉੱਥੇ ਸ਼ਹੀਦੀਆਂ ਪਾਉਣੀਆਂ ਮਨਜ਼ੂਰ ਅਸੀਂ ਕਾਨੂੰਨ ਵਾਪਸ ਕਰਾ ਕੇ ਆਵਾਂਗੇ ਕਿ ਨਹੀਂ ਮੋਦੀ ਘਰਾਣਿਆਂ ਦਾ ਪੱਖ ਪੂਰ ਲੈ ਆਉਦਾ ਲਗਾਤਾਰ ਕਿਸਾਨ ਮਜ਼ਦੂਰ ਸੰਘਰਸ਼ ਦੀ ਭੇਡ ਚੜ ਗਏ ਹਲੇ ਤੱਕ ਸਰਕਾਰਾਂ ਮੰਨਣ ਨੂੰ ਕਿਉਂ ਨਹੀਂ ਤੈਰ ਰਹੀਆਂ ਫਿਰ 200 ਤੋਂ ਜ਼ਿਆਦਾ ਸਾਡੇ ਕਿਸਾਨ ਉੱਥੇ ਸ਼ਹੀਦ ਹੋ ਗਏ ਜਿਨ੍ਹਾਂ ਨੇ ਇੱਕ ਦਿਨ ਵੀ ਮੋਦੀ ਨੇ ਹਾ ਦਾ ਨਾਰਾ ਨਹੀਂ ਮਾਰਿਆ ਵੀ ਇਹ ਕਿਸਾਨ ਸ਼ਹੀਦ ਹੋ ਗਏ ਮਾਰੀ ਗੱਲ ਹੋਈ ਅਸੀਂ ਕਹਿੰਦੇ ਆ ਵੀ ਇਹ ਘਰਾਣਿਆਂ ਨਾਲ ਜੁੜਿਆ ਹੋਇਆ ਸਾਰੇ ਭਾਰਤ ਨੇ ਉਹ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ ਤੀ ਪਰ ਇਹ ਲੋਕਾਂ ਨੂੰ ਤਾਂ ਭੁੱਲ ਗਿਆ ਇਹਨੂੰ ਘਰਾਣਿਆਂ ਦੇ ਵਿੱਚ ਫਸਿਆ ਖੜਾ ਹੈਗਾ ਅਸੀਂ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਇਹ ਰੱਦ ਨਹੀਂ ਕਰਦਾ ਉਹਨਾਂ ਚਿਰ ਅਸੀਂ ਦਿੱਲੀ ਤੋਂ ਉੱਠ ਕੇ ਨਹੀਂ ਆਉਂਦੇ 100 ਦਿਨ ਤੋਂ ਜ਼ਿਆਦਾ ਹੋ ਗਿਆ ਕਿਉਂ ਨਹੀਂ ਕਿਸਾਨ ਮਜ਼ਦੂਰ ਦਿਖ ਰਹੇ ਸਰਕਾਰ ਨੂੰ 100 ਦਿਨ ਤੋਂ ਜ਼ਿਆਦਾ ਦੇਖੋ ਜੀ ਹੋ ਗਿਆ ਇਹ ਮਤਲਬ ਵੀ ਜਿਹਦੇ ਇਹਦੇ ਪ੍ਰੈਸ਼ਰ ਹੈ ਉਹ ਕਾਰਪੋਰੇਟ ਘਰਾਣਿਆਂ ਦਾ ਕਿਸਾਨਾਂ ਦਾ ਇਹਨਾਂ ਨਾਲ ਕੋਈ ਮਤਲਬ ਵੀ ਨੂੰ ਕੋਈ ਕਿਸੇ ਦਾ ਦਰਦ ਨਹੀਂ ਹੈ ਕਿਸਾਨ ਮਜ਼ਦੂਰ ਦੀ ਇਹ ਕੋਈ ਬਾਤ ਨਹੀਂ ਸੁਣ ਰਿਹਾ ਇਹ ਉਹਨਾਂ ਜਿਵੇਂ ਉਹ ਕਹਿ ਰਹੇ ਨੇ ਕਾਰਪੋਰੇਟ ਘਰਾਣੇ ਕਿ ਉਹਨਾਂ ਨੂੰ ਪਤਾ ਹੈਗਾ ਵੀ ਜਿਵੇਂ ਹੁਣ ਕਰੋਨਾ ਦੀ ਇਹਨਾਂ ਨੇ ਮਤਲਬ ਵੀ ਬਣਾਇਆ ਸੀਗਾ ਜੁਮਲਾ ਇਹਨਾਂ ਨੂੰ ਐ ਸੀ ਵੀ ਕੱਲਾ ਖੇਤੀ ਜਿਹੜਾ ਸਿਸਟਮ ਉਹ ਚੱਲਿਆ ਹਾੜੀ ਦੀ ਕਣਕ ਸਾਰਾ ਕੁਝ ਹੋ ਗਿਆ ਵੀ ਕਿਉਂ ਨਾ ਆਪਾਂ ਕਿਸਾਨਾਂ ਤੋਂ ਜ਼ਮੀਨਾਂ ਤੇ ਮਤਲਬ ਇਹ ਖੋਹ ਕੇ ਤੇ ਆਪਾਂ ਆਪਦੇ ਵੱਡੇ ਵੱਡੇ ਪਲਾਟ ਬਣਾਈਏ ਤੇ ਸਟੋਰ ਕਰੀਏ ਤੇ ਇਹਨਾਂ ਨੇ ਸਾਰੀ ਅੱਖ ਜਿਹੜੀ ਆ ਉਹ ਫਸਲਾਂ ਤੇ ਤੇ ਮਤਲਬ ਜ਼ਮੀਨਾਂ ਤੇ ਟਿਕਾਈ ਹੋਈ ਆ ਤਾਂ ਕਰਕੇ ਇਹ ਮਤਲਬ ਵੀ મોદી ਨੂੰ ਇਹਨਾਂ ਨੇ ਪੈਸਾ ਦੇ ਕੇ ਪਹਿਲਾਂ ਪ੍ਰਧਾਨ ਮੰਤਰੀ ਵੇਲੇ ਜਦੋਂ ਇਹਨੀਆਂ ਇਲੈਕਸ਼ਨਾਂ ਸੀ ਉਦੋਂ ਇਹਨਾਂ ਨੂੰ ਇਹਨੂੰ ਖਰੀਦਿਆ ਹੋਇਆ ਜਿਵੇਂ ਇਹ ਉਹਨਾਂ ਤੋਂ ਕਹਿਊਗਾ ਉਵੇਂ ਹੀ ਇਹ ਕਰੂਗਾ ਕਾਰਪੋਰੇਟ ਘਰਾਣਿਆਂ ਦੇ ਇਹ ਹੀ ਕਹਿਣ ਤੇ ਚੱਲ ਰਿਹਾ ਹੈ ਕੀ ਲੱਗਦਾ ਜੇ ਸੰਘਰਸ਼ ਲੰਬਾ ਲਜਾਣਾ ਪੈ ਗਿਆ ਤਾਂ ਕਿਸਾਨ ਡੱਟੇ ਰਹਿਣਗੇ ਮੋਰਚੇ ਦੇ ਉੱਪਰ ਕਿਸਾਨਾਂ ਦਾ ਇਹ ਦੇਖੋ ਜਿਵੇਂ ਹੁਣ ਮਰਨਾ ਮੰਡਣਾ ਮਰਨਾ ਮੰਡ ਕੇ ਘਰੋਂ ਤੁਰੇ ਨਹੀਂ ਹੈ ਸਾਰੇ ਕਿਸਾਨ ਆਪਦਾ ਪ੍ਰਬੰਧ ਕਰਕੇ ਉੱਥੇ ਲਗਾਤਾਰ ਧਰਨੇ ਤੇ ਜਾ ਰਹੇ ਨੇ ਆਈ ਵੀ ਜਾਂਦੇ ਨੇ ਕਿ ਹੁਣ ਕਣਕ ਦਾ ਟਾਈਮ ਆ ਬਾਡੀ ਦਾ ਤੇ ਫੇਰ ਵੀ ਸੰਘਰਸ਼ ਕਿਸੇ ਵੱਲੋਂ ਕੋਈ ਕਮਜ਼ੋਰ ਨਹੀਂ ਸਭ ਉੱਥੇ ਜਾ ਰਹੇ ਨੇ ਤੇ ਲੰਮਾ ਵੀ ਚੱਲੂ ਸੰਘਰਸ਼ ਜਿਸ ਤਰ੍ਹਾਂ ਹੁਣ ਕਿਸਾਨ ਉੱਥੇ ਜਿਹੜੇ ਬਾਰਡਰਾਂ ਤੇ ਬੈਠਿਆ ਹਾੜੀ ਦੀ ਫਸਲ ਆ ਰਹੀ ਆ ਫਿਰ ਉਹਨਾਂ ਦਾ ਸਹਿਯੋਗ ਕਿਸ ਤਰ੍ਹਾਂ ਕਰੋਗੇ ਤੁਸੀਂ ਇੱਕ ਦੂਜੇ ਦਾ ਸਹਿਯੋਗ ਜੀ ਜਿਵੇਂ ਹੁਣ ਮਤਲਬ ਵੀ ਪਿੰਡ ਚੋਂ ਬੰਦੇ ਜਿਹੜੇ ਲਗਾਤਾਰ ਜਾਂਦੇ ਨੇ ਉਹਨਾਂ ਨੂੰ ਕੋਈ ਟਰਾਲੀ ਦੀ ਕੋਈ ਟਰੈਕਟਰ ਦੀ ਕੋਈ ਉਹਨਾਂ ਦੀ ਮਤਲਬ ਮਸ਼ੀਨ ਦੀ ਕਿਉਂ ਮਸ਼ੀਨੀ ਸਿਸਟਮ ਰਹਿ ਗਿਆ ਪਹਿਲਾਂ ਤਾਂ ਐਸੀ ਸੀ ਵੀ ਹੱਥੀਂ ਬਾਢੀਆਂ ਹੁੰਦੀਆਂ ਨੇ ਹੁਣ ਜਿਵੇਂ ਮਤਲਬ ਵੀ ਟਰਾਲੀਆਂ ਉੱਥੇ ਰੁਕੀਆਂ ਹੋਈਆਂ ਨੇ ਟਰੈਕਟਰ ਰੁਕੇ ਹੋਏ ਨੇ ਉਹਨਾਂ ਦਾ ਚਲੋ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਊਗਾ ਜਿਹੜੇ ਬੰਦੇ ਉੱਥੇ ਗਏ ਹੋਏ ਨੇ ਉਹਨਾਂ ਨੂੰ ਮਤਲਬ ਉਹਨਾਂ ਦੀ ਕਨਕ ਵੀ ਵढਾਈ ਜਾਊਗੀ ਟੂੜੀ ਵੀ ਬਣਵਾਈ ਜਾਊਗੀ ਹਰ ਮਦਦ ਕਰੀ ਜਾਊਗੀ ਬਿਲਕੁਲ ਤੁਸੀਂ ਦੇਖਿਆ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਦਾ ਪੱਖਪੂਰ ਦੀ ਨਜ਼ਰ ਆ ਰਹੀ ਹੈ ਇਸ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਾ ਚਾਹੁੰਦੇ 100 ਦਿਨ ਤੋਂ ਜ਼ਿਆਦਾ ਦਿੱਲੀ ਦੇ ਬਾਡਰਾਂ ਦੇ ਉੱਪਰ ਕਿਸਾਨਾਂ ਨੂੰ ਹੋ ਗਿਆ ਪੱਕਾ ਮੋਰਚਾ ਲਗਾਏ ਹੋਏ ਕਿਸਾਨਾਂ ਨੇ ਚੇਤਾਵਨੀ ਦਿੱਤੀ ਆ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਉਹਨਾਂ ਦਾ ਸੰਘਰਸ਼ ਜਾਰੀ ਰਹੂਗਾ ਚਾਹੇ ਉਹਨਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰ ਦੇਣੀਆਂ ਪੈਣ ਤੇ ਉੱਥੇ ਹੀ ਉਹਨਾਂ ਵੱਲੋਂ ਹੜੀ ਦੀ ਫਸਲ ਨੂੰ ਦੇਖਦੇ ਹੋਏ ਵੀ ਨਵੀਆਂ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਨੇ ਜੋ ਕਿਸਾਨ ਦਿੱਲੀ ਬੈਠੇ ਨੇ ਉਹਨਾਂ ਦੀ ਫਸਲ ਦੀ ਜਿਹੜੀ ਕਟਾਈ ਵੀ ਕਿਸਾਨ ਇੱਕ ਦੂਜੇ ਨਾਲ ਮਿਲ ਕੇ ਕਰਨਗੇ ਤੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਹਰ ਯਤਨ ਕਰਨਗੇ ਹੁਣ ਆਉਣ ਵਾਲਾ ਸਮਾਂ ਦੇ ਦੱਸੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਮੰਨੂਗੀ ਜਾਂ ਇਸੇ ਤਰ੍ਹਾਂ ਸੰਘਰਸ਼ ਜਿਹੜਾ ਲੰਬਾ ਚੱਲਦਾ ਰਹੇਗਾ ਅਮਰਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਮਾਨਸਾ